ਕਿਸਾਨਾਂ ਨੇ ਖਿੱਚੀ ਗਰਮੀਆਂ ਦੀ ਤਿਆਰੀ। ਧਰਨੇ ਵਾਲੀ ਥਾਂ ਤੇ ਲੱਗੇ ਕੂਲਰ ਤੇ ਪੱਖੇ। ਠੰਡੇ ਪਾਣੀ ਲਈ ਲਾਈ ਹੈ ਫ੍ਰਿਜ। ਟਰਾਲੀਆਂ ਤੇ ਲਾਈਆਂ ਮੱਛਰਦਾਨੀਆਂ। ਇਹ ਤਸਵੀਰਾਂ ਕਿਸਾਨ ਧਰਨੇ ਦੀਆਂ ਨੇ, ਜਿੱਥੇ ਧਰਨੇ ਤੇ ਬੈਠੇ ਕਿਸਾਨਾਂ ਦੇ ਵੱਲੋਂ ਹੁਣ ਗਰਮੀਆਂ ਨੂੰ ਲੈ ਕੇ ਆਪਣੇ ਪੂਰੇ ਇੰਤਜ਼ਾਮ ਕਰ ਲਏ ਗਏ ਨੇ। ਹਰ ਤਰ੍ਹਾਂ ਦਾ ਜੁਗਾੜ ਲਗਾਇਆ ਗਿਆ ਹੈ ਤਾਂ ਜੋ ਗਰਮੀ ਦੇ ਵਿੱਚ ਵੀ ਧਰਨੇ ਤੋਂ ਤਸ ਤੋਂ ਮਸ ਨਾ ਹੋਣਾ ਪਏ। ਇਹਨਾਂ ਤਸਵੀਰਾਂ ਚ ਦੇਖੋ ਕਿਸ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਨੂੰ ਠੰਡਾ ਰੱਖਣ ਦੇ ਲਈ ਪੂਰੀ ਤਰ੍ਹਾਂ ਸ਼ੈੱਡ ਲਾਏ ਹੋਏ ਨੇ, ਟੈਂਟ ਲਾਏ ਹੋਏ ਨੇ ਤੇ ਨਾਲ ਹੀ ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ ਵੀ ਲਾਈਆਂ ਨੇ। ਇਸ ਤੋਂ ਇਲਾਵਾ ਗਰਮੀ ਤੋਂ ਬਚਣ ਦੇ ਲਈ ਕੂਲਰ ਤੇ ਪੱਖੇ ਵੀ ਲਾ ਲਏ ਨੇ, ਪਾਣੀ ਦਾ ਵੀ ਪੂਰਾ ਇੰਤਜ਼ਾਮ ਰੱਖਿਆ ਹੋਇਆ ਹੈ ਤੇ ਠੰਡੇ ਪਾਣੀ ਲਈ ਫ੍ਰਿਜ ਵੀ ਰੱਖੀ ਹੈ। ਇੱਥੇ ਕਿਸਾਨ ਬੀਬੀਆਂ ਦੇ ਵੱਲੋਂ ਇਹਨਾਂ ਕਿਸਾਨ ਵੀਰਾਂ ਦੇ ਕੱਪੜੇ ਧੋਣ ਲਈ ਮਸ਼ੀਨਾਂ ਲਾਈਆਂ ਗਈਆਂ ਨੇ ਤੇ ਮਸ਼ੀਨਾਂ ਦੇ ਵਿੱਚ ਹੀ ਉਹਨਾਂ ਦੇ ਕੱਪੜੇ ਧੋਣ ਦੀ ਇਹ ਸੇਵਾ ਇਹ ਬੀਬੀਆਂ ਕਾਫੀ ਸਮੇਂ ਤੋਂ ਨਿਭਾ ਰਹੀਆਂ ਨੇ। ਜਦੋਂ ਤੋਂ ਧਰਨਾ ਸ਼ੁਰੂ ਹੋਇਆ ਉਦੋਂ ਤੋਂ ਹੀ ਇਹਨਾਂ ਬੀਬੀਆਂ ਨੇ ਵੀ ਮੋਰਚਾ ਸਾਂਭਿਆ ਹੋਇਆ। ਉਧਰ ਕਿਸਾਨਾਂ ਦੇ ਵੱਲੋਂ ਵੀ ਧਰਨੇ ਨੂੰ ਬਰਕਰਾਰ ਰੱਖਣ ਦੇ ਲਈ ਗਰਮੀਆਂ ਤੋਂ ਬਚਣ ਦੇ ਲਈ ਪੂਰੇ ਇੰਤਜ਼ਾਮ ਕਰਦੇ ਗਏ ਨੇ। ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ, ਜਿੱਥੇ ਕਿਸਾਨ 13 ਫਰਵਰੀ ਤੋਂ ਧਰਨੇ ਤੇ ਬੈਠੇ ਨੇ ਤੇ ਉਦੋਂ ਤੋਂ ਹੀ ਇੱਥੇ ਇਹ ਬੀਬੀਆਂ ਸੇਵਾ ਕਰ ਰਹੀਆਂ ਨੇ ਤੇ ਕਿਸਾਨ ਹੁਣ ਗਰਮੀਆਂ ਨੂੰ ਦੇਖਦੇ ਆਪਣੇ ਜੁਗਾੜ ਲਗਾ ਕੇ ਇੰਤਜ਼ਾਮ ਕਰ ਰਹੇ ਨੇ। ਆਉਦਾ ਜੀ ਪ੍ਰਧਾਨ ਹੈ ਜੀ, ਅਸੀਂ ਤਹਿਸੀਲ ਦੇ ਖੈੜ ਤੋਂ। ਸਰ ਜੀ ਹੁਣ ਗਰਮੀਆਂ ਦਾ ਮੌਸਮ ਆ ਗਿਆ ਹੈਗਾ, ਕੀ ਪ੍ਰਬੰਧ ਕਰ ਰਹੇ ਆ ਆਪਣਾ? ਅਸੀਂ ਜੀ ਹੁਣ ਆਪਣੀਆਂ ਛੰਨਾਂ ਪਾ ਰਹੇ ਹਾਂ ਜੀ, ਕੂਲਰ ਲਿਆਏ ਹੈ, ਆਪਣੇ ਫਰਿੱਜ ਲਿਆਏ, ਬਾਕੀ ਤਾਂ ਸਰਕਾਰ ਕਹਿੰਦੀ ਤਾਂ ਸਾਨੂੰ ਕੋਈ ਪ੍ਰਬੰਧ ਨਹੀਂ। ਜਨਰੇਟਰਾਂ ਦਾ ਹਿੱਲਾ ਕਰੂੰਗਾ ਜੀ, ਆਪਣਾ ਪਾਣੀ ਸਾਡਾ ਆਪਣਾ ਹੁੰਦਾ ਏ ਲਿਆਂਦਾ ਵਾ ਸਾਰਾ, ਉਹ ਸਰਕਾਰ ਦਾ ਸਾਨੂੰ ਕੋਈ ਸਹੂਲਤ ਨਹੀਂ ਹੈਗੀ। ਆਪਣੇ ਛੰਨਾਂ ਪਾ ਰਹੇ ਹਾਂ, ਸਾਰੇ ਬੰਦੇ ਪਿੰਡ ਦੇ ਸਾਰਿਆਂ ਦਾ ਸਹਿਯੋਗ ਹੈ, ਜਿੰਨਾ ਪਿੰਡ ਆ ਸਾਡਾ, ਹੋਰ ਇਲਾਕੇ ਦੇ ਲੱਖ ਸਹਿਯੋਗ ਹੈ ਉਹਨਾਂ ਦੇ ਨਾਲ ਚੱਲਦਾ ਜੀ ਪ੍ਰੋਗਰਾਮ। ਸਰ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਬੈਠੇ, ਸਰਕਾਰ ਕੋਈ ਗੱਲ ਸੁਣ ਕਿਉਂ ਨਹੀਂ ਰਹੀ? ਕੋਈ ਗੱਲ ਨਹੀਂ ਜੀ ਸੁਣਦੀ, ਤੁਹਾਨੂੰ ਤਾਂ 13 ਤਰੀਕ ਦੇ ਬੈਠੇ ਫਰਵਰੀ ਦੇ, ਉਹ ਨਹੀਂ ਪੁੱਛਦੇ ਜੀ। ਹੁਣ ਟਰਾਲੀਆਂ ਧੁੱਪ ਗਰਮੀ ਲੱਗਦੀ ਹੈ ਜੀ, ਉਹਦੇ ਕਰਕੇ ਹੁਣ ਛੰਨਾਂ ਪਾਉਣ ਲੱਗੇ ਹਾਂ ਜੀ। ਸਰ ਜੀ ਰਾਤ ਨੂੰ ਮੱਛਰ ਵਗੈਰਾ ਹੁੰਦਾ? ਰਾਤ ਨੂੰ ਮੱਛਰ ਬਹੁਤ ਲੜਦਾ ਜੀ, ਹੁਣ ਮੱਛਰਦਾਨੀਆਂ ਲਿਆਏ ਹੈ, ਮੰਜੇ ਲਿਆਏ ਬਾਹਰ ਡਾਉਣੇ ਨੂੰ, ਟਰਾਲੀਆਂ ਮਾ ਗਰਮੀ ਲੱਗਦੀ ਸੀ, ਉਹ ਆਪਣੀ ਮੂੰਹ ਲਿਆਏ ਲਾਉਣੇ ਨੂੰ, ਉਹਦੇ ਕਰਕੇ ਸਾਰਾ ਪੱਖੇ ਪੁੱਖੇ ਕਰ ਤਾਜਗਾੜ ਕਰਕੇ ਆਏ। ਠੀਕ ਹੈ।